ਸਾਸ਼ਿਕਾ ਜੀ ਨਮਨ ਕਲਾਸਿਸ ਦੇ ਵਿੱਚ ਤੁਹਾਡਾ ਸਵਾਗਤ ਹੈ। ਆਪਾਂ ਆਪਣੀ ਲਾਸਟ ਵੀਡੀਓ ਦੇ ਵਿੱਚ ਅਗੇਤਰ ਬਾਰੇ ਪੜਿਆ ਸੀ ਕਿ ਅਗੇਤਰ ਕੀ ਹੁੰਦੇ ਆ ਤੇ ਕਿਵੇਂ ਇਹ ਬਣਾਏ ਜਾਂਦੇ ਹਨ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਿਛੇਤਰ ਬਾਰੇ ਪੜਾਂਗੇ। ਪਹਿਲੇ ਦੀ ਪਰਿਭਾਸ਼ਾ ਦੇਖਦੇ ਹਾਂ। ਜਿਹੜੇ ਸ਼ਬਦ ਮੂਲ ਸ਼ਬਦਾਂ ਦੇ ਪਿੱਛੇ ਲੱਗ ਕੇ ਨਵੇਂ ਸ਼ਬਦਾਂ ਦਾ ਨਿਰਮਾਣ ਕਰਦੇ ਹਨ ਉਹਨਾਂ ਨੂੰ ਪਿਛੇਤਰ ਆਖਦੇ ਹਨ। ਹਾਂਜੀ, ਕਿ ਜਿਹੜੇ ਕਿ ਮੂਲ ਸ਼ਬਦ ਹੁੰਦੇ ਆ, ਮੂਲ ਸ਼ਬਦ ਕਿਹੜੇ ਹੁੰਦੇ ਆ ਜਿਹੜੇ ਆਪਣੇ ਆਪ ਦੇ ਵਿੱਚ ਪੂਰਨ ਹੁੰਦੇ ਨੇ। ਮੂਲ ਸ਼ਬਦਾਂ ਦੇ ਪਿੱਛੇ ਲੱਗ ਕੇ ਜਿਹੜੇ ਨਵੇਂ ਸ਼ਬਦਾਂ ਦਾ ਨਿਰਮਾਣ ਹੁੰਦਾ ਉਹ ਕੀ ਹੁੰਦੇ ਨੇ? ਸਾਡੇ ਪਿਛੇਤਰ ਹੁੰਦੇ ਨੇ। ਅਗੇਤਰ ਦੇ ਪਿਛੇਤਰ ਦੇ ਵਿੱਚ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ। ਅਗੇਤਰ ਕੀ ਹੁੰਦੇ ਸੀ ਕਿ ਜਿਨ੍ਹਾਂ ਦੇ ਅੱਗੇ ਲੱਗ ਕੇ ਕੋਈ ਨਵੇਂ ਸ਼ਬਦ ਦਾ ਨਿਰਮਾਣ ਹੁੰਦਾ ਸੀ ਉਹ ਅਗੇਤਰ ਸੀਗੇ। ਤੇ ਪਿਛੇਤਰ ਮਤਲਬ ਕੀ ਹੈ? ਜੇ ਮੂਲ ਸ਼ਬਦਾਂ ਦੇ ਪਿੱਛੇ ਲੱਗ ਕੇ ਜਿਹੜੇ ਨਵੇਂ ਸ਼ਬਦਾਂ ਦਾ ਨਿਰਮਾਣ ਹੁੰਦਾ ਉਹ ਪਿਛੇਤਰ ਹੁੰਦੇ ਨੇ। ਤੇ ਹੁਣ ਕੁਛ ਪਿਛੇਤਰ ਲੱਗੇ ਸ਼ਬਦ ਆਪਾਂ ਪੜ੍ਹਦੇ ਹਾਂ। ਉਹ ਉਹ ਕੀ ਹੈ? ਸਾਡਾ ਮੂਲ ਸ਼ਬਦ ਹੈ, ਠੀਕ ਹੈ ਜੀ। ਇਹਦੇ ਪਿੱਛੇ ਲੱਗ ਕੇ ਜਿਹੜੇ ਨਵੇਂ ਸ਼ਬਦਾਂ ਦਾ ਨਿਰਮਾਣ ਹੁੰਦਾ ਉਹ ਕੀ ਮਿਲ ਕੇ ਬਣਾਉਂਦੇ ਆ? ਪਿਛੇਤਰ। ਜਿਵੇਂ ਕਮਾਓ, ਖਾਓ, ਖੁਆਓ, ਠੀਕ ਹੈ ਜੀ। ਹੁਣ ਇਹਦੇ ਚ ਅਗਰ ਆਪਾਂ ਮੂਲ ਸ਼ਬਦ ਨੂੰ ਕੱਢ ਦਈਏ ਤਾਂ ਕੀ ਬਚਦਾ? ਪਿੱਛੇ ਸ਼ਬਦ ਬਣਦਾ ਕਮਾ। ਇਥੋਂ ਆਪਾਂ ਮੂਲ ਸ਼ਬਦ ਕੱਢ ਦਈਏ ਤਾਂ ਕੀ ਰਹਿ ਗਿਆ? ਖਾ। ਇਥੋਂ ਆਪਾਂ ਮੂਲ ਸ਼ਬਦ ਉਹ ਕੱਢ ਦਈਏ, ਖੁਆ। ਇਹ ਅਗਰ ਆਪਾਂ ਪਿਛੇਤਰ ਦਾ ਮੂਲ ਸ਼ਬਦ ਆਪਾਂ ਮੂਲ ਸ਼ਬਦ ਅਗਰ ਕੱਢ ਕੇ ਦੇਖੀਏ ਤਾਂ ਜਿਹੜੇ ਅਗਰ ਆਪਾਂ ਕੋਲ ਸ਼ਬਦਾਂ ਦਾ ਮੀਨਿੰਗ ਨਿਕਲਦਾ, ਅਰਥ ਨਿਕਲਦਾ ਤਾਂ ਆਪਣਾ ਪਿਛੇਤਰ ਕੀ ਹੈ? ਬਿਲਕੁਲ ਸਹੀ ਹੈ। ਇੱਥੇ ਜੇ ਆਪਾਂ ਮੂਲ ਸ਼ਬਦ ਉਹ ਕੱਢ ਦਈਏ ਤਾਂ ਕੀ ਬਣ ਗਿਆ? ਕਮਾ। ਇਹਦਾ ਵੀ ਇੱਕ ਅਰਥ ਨਿਕਲਦਾ ਕਿ ਕਮਾ। ਇੱਥੇ ਆਪਾਂ ਮੂਲ ਸ਼ਬਦ ਕੱਢ ਦਈਏ ਤਾਂ ਪਿੱਛੇ ਕੀ ਬਚ ਗਿਆ? ਖਾ। ਖਾ ਵੀ ਕੀ ਹੈ? ਇੱਕ ਆਪਣੇ ਆਪ ਦੇ ਵਿੱਚ ਪੂਰਨ ਜਿਹੜਾ ਕੀ ਹੈ? ਸ਼ਬਦ ਹੈ। ਅੱਗੇ ਹੈਗਾ ਉਹ, ਉਹ ਕੱਟ ਦਈਏ ਤਾਂ ਪਿੱਛੇ ਕੀ ਰਹਿ ਗਿਆ? ਖੁਆ। ਖੁਆ ਵੀ ਕੀ ਆਪਣੇ ਆਪ ਦੇ ਵਿੱਚ? ਇਹ ਸ਼ਬਦ ਦਾ ਵੀ ਇੱਕ ਅਰਥ ਨਿਕਲਦਾ ਕਿ ਖੁਆ, ਖਾਣਾ ਖੁਆ, ਕਿਸੇ ਨੂੰ ਖੁਆ, ਠੀਕ ਹੈ ਜੀ। ਇਹ ਕੀ ਇੱਕ ਅਰਥ ਨਿਕਲਦੇ ਆ ਤਾਂ ਇਹ ਆਪਣਾ ਕੀ ਬਣ ਗਿਆ? ਪਿਛੇਤਰ ਬਿਲਕੁਲ ਸਹੀ ਬਣ ਗਿਆ। ਅੱਗੇ ਓ, ਘਰੋਂ, ਹੱਥੋਂ, ਸਿਰੋਂ, ਠੀਕ ਹੈ ਜੀ। ਇਹ ਕੀ ਨੇ? ਅਗਰ ਆਪਾਂ ਇਹਨਾਂ ਦਾ ਓ ਕੱਟ ਦਈਏ ਤਾਂ ਇਹ ਕੀ ਬਣ ਗਿਆ? ਘਰ। ਓ ਕੱਟ ਦਈਏ ਹੱਥ, ਓ ਕੱਟ ਦਈਏ ਸਿਰ। ਕੀ ਹੈ ਜੀ ਕਿ ਜਿਹੜਾ ਮੂਲ ਸ਼ਬਦ ਹੈ ਅਗਰ ਆਪਾਂ ਉਹਨੂੰ ਕੱਢ ਕੇ ਦੇਖੀਏ ਤਾਂ ਪਿੱਛੇ ਇੱਕ ਜਿਹੜਾ ਨਵੇਂ ਸ਼ਬਦ ਦਾ ਨਿਰਮਾਣ ਹੁੰਦਾ ਉਹ ਕੀ ਹੈ? ਮਿਲ ਕੇ ਸਾਡਾ ਪਿਛੇਤਰ ਬਣਦਾ। ਨੈਕਸਟ ਹੈਗਾ ਊ, ਕਮਾਊ, ਖਾਊ, ਰੋੜੂ। ਈ, ਕਮਾਈ, ਚੌੜਾਈ, ਬੀ ਜਾਈ, ਠੀਕ ਹੈ ਜੀ। ਰ, ਕੱਲਾ ਰ, ਟੱਕੜ, ਪੱਕੜ, ਭੁੱਖੜ। ੜੀ, ਕੋਠੜੀ, ਸੰਦੂਕੜੀ, ਛਾਬੜੀ। ਵਾਂ, ਰਾਖਵਾਂ, ਚੋਣਵਾਂ, ਨੌਵਾਂ। ਆਕ, ਚਲਾਕ, ਤੈਰਾਕ, ਦੌੜਾਕ। ਐਰਾ, ਛੁਟੇਰਾ, ਲਮੇਰਾ, ਵਡੇਰਾ। ਈਨ, ਨਮਕੀਨ, ਰੰਗੀਨ, ਸੰਗੀਨ। ਸਾਰ, ਸਵੇਰ ਸਾਰ, ਹੰਢਣ ਸਾਰ, ਤੜਕ ਸਾਰ, ਮਿਲਣ ਸਾਰ। ਸਤਾਨ, ਹਿੰਦੁਸਤਾਨ, ਪਾਕਿਸਤਾਨ, ਅਫਗਾਨਿਸਤਾਨ। ਮਾਨ, ਬੁੱਧੀਮਾਨ, ਬੇਈਮਾਨ, ਸੁਲੇਮਾਨ। ਈਅਲ, ਸੜੀਅਲ, ਅੜੀਅਲ, ਮਰੀਅਲ, ਠੀਕ ਹੈ ਜੀ। ਹੁਣ ਇਹਦੇ ਚ ਕੀ ਹੈ? ਅਗਰ ਈਅਲ ਕੱਟ ਦਈਏ ਤਾਂ ਪਿੱਛੇ ਕੀ ਰਹਿ ਗਿਆ? ਸੜ। ਈਅਲ ਕੱਟ ਦਈਏ ਤਾਂ ਕੀ ਰਹਿ ਗਿਆ? ਅੜ। ਇੱਥੇ ਈਅਲ ਕੱਟ ਦਈਏ ਤਾਂ ਰਹਿ ਗਿਆ ਮਰਦ, ਠੀਕ ਹੈ ਜੀ। ਕਿ ਅਗਰ ਆਪਾਂ ਮੂਲ ਸ਼ਬਦ ਕੱਟ ਦਿੰਦੇ ਆ ਤਾਂ ਉਹਦੇ ਬਾਅਦ ਵੀ ਜਿਹੜਾ ਆਪਾਂ ਸ਼ਬਦ ਜੋੜਿਆ ਉਹਦਾ ਕੀ ਹੈ? ਇੱਕ ਅਰਥ ਨਿਕਲਦਾ। ਅਗਰ ਆਪਾਂ ਬਿਨਾਂ ਅਰਥ ਤੋਂ ਏਦਾਂ ਸ਼ਬਦ ਜੋੜੀਏ ਕਿ ਉਹਦਾ ਕੋਈ ਅਰਥ ਨਾ ਨਿਕਲਦਾ ਹੋਵੇ ਤਾਂ ਉਹ ਪਿਛੇਤਰ ਆਪਣਾ ਕੀ ਹੈ? ਗਲਤ ਹੈ। ਅੱਗੇ ਵੰਤ, ਗੁਣਵੰਤ, ਸਤਵੰਤ, ਧਨਵੰਤ। ਵਾਨ, ਸੂਝਵਾਨ, ਕੋਚਵਾਨ, ਬਲਵਾਨ। ਇਹ ਪਹਿਲਵਾਨ ਵੀ ਬਣ ਸਕਦਾ, ਸੋਰੀ, ਹਾਂਜੀ, ਪਹਿਲਵਾਨ, ਠੀਕ ਹੈ। ਵਾਨ ਕੱਟ ਦਈਏ ਤਾਂ ਪਿੱਛੇ ਕੀ ਹੈ? ਪਹਿਲ। ਪਹਿਲ ਵੀ ਕੀ ਹੁੰਦਾ? ਕਿ ਕਿਸੇ ਚੀਜ਼ ਦੀ ਪਹਿਲ ਕਰਨਾ। ਮੰਦ, ਅਕਲਮੰਦ, ਦੌਲਤਮੰਦ, ਸਿਹਤਮੰਦ। ਆਲੂ, ਕਿਰਪਾਲੂ, ਸ਼ਰਧਾਲੂ, ਦਿਆਲੂ। ਐਲ, ਬੁਸੈਲ, ਮਜੈਲ, ਚਗ ਰੈਲ। ਇਹਦੇ ਚ ਐਲ ਕੱਟ ਦਈਏ ਪਿੱਛੇ ਕੀ ਰਹਿ ਗਿਆ? ਬੁਸੈਲ, ਠੀਕ ਹੈ ਜੀ। ਇਹ ਚ ਕੱਟ ਦੇ, ਐਲ ਨੂੰ ਅਗਰ ਦੇਖੀਏ ਕਿ ਐਲ ਕੱਟਦੇ ਤਾਂ ਪਿੱਛੇ ਕੀ ਰਹਿ ਗਿਆ? ਮੱਝ, ਠੀਕ ਹੈ। ਇਹ ਚ ਅਗਰ ਆਪਾਂ ਐਲ ਕੱਟ ਦਈਏ ਪਿੱਛੇ ਕੀ ਹੈ? ਝਗੜਾ। ਇਹ ਸਾਰੇ ਦਾ ਕੀ ਹੈ? ਕੋਈ ਨਾ ਕੋਈ ਅਰਥ ਨਿਕਲਦਾ। ਇਸ ਤਰ੍ਹਾਂ ਹੀ ਜਿਹੜੇ ਆਪਾਂ ਜਿੰਨੇ ਵੀ ਪਿਛੇਤਰ ਕੀਤੇ ਨੇ ਅਗਰ ਇਹਨਾਂ ਦੇ ਆਪਾਂ ਸਭ ਦੇ ਮੂਲ ਜਿਹੜਾ ਕੀ ਹੈ ਮੂਲ ਸ਼ਬਦ ਹੈ ਉਹ ਹਟਾ ਕੇ ਦੇਖੀਏ ਤਾਂ ਜਿਹੜਾ ਪਿੱਛੇ ਉਹਨਾਂ ਦੇ ਆਪਾਂ ਸ਼ਬਦ ਜੋੜੇ ਆ, ਨਵੇਂ ਸ਼ਬਦਾਂ ਦਾ ਨਿਰਮਾਣ ਕੀਤਾ,
ओदे नाल की है ओदा भी कोई ना कोई मीनिंग निकलदा। इस तरह ही की अपना पिछेत्र बिलकुल सही बनते ने। लास्ट वीडियो दे विच भी तुहानू इदां ही समझाया सीगा कि जिवें अगेतर है अगर आपां जिहड़ा ओदा मूल शब्द कट के देखिए तां पिछे वाला दा कोई ना कोई अर्थ जिहड़ा है बनता ही हुंदा तां ओह अपना की है अगेतर हो जांदा। इदां ही इहदे विच है कि जिहड़ा कि मूल शब्द नूं हटा के आपां बाकी शब्द देखिए तां ओदा भी कोई ना कोई अर्थ निकलदा। बिना अर्थ तों जिहड़ा आपां शब्द नवां शब्द जोड़ के बनाने आ तां ओह की है साडा पिछेत्र या अगेतर गलत बनेगा। अगर असीं इनू हटा के देखते हैं कि साडा जिहड़ा शब्द जोड़िया हुआ है कोई अर्थ निकलता बिलकुल सही है तो साडा पिछेत्र भी की है बिलकुल सही है। तो मैं थोनू उम्मीद करती हाँ कि जिहड़ा कि अज आपां चैप्टर कीता पिछेत्र बारे पढ़िया वो थोनू चंगी तरह समझ आ गया होगा। अगर फिर भी थोनू कोई प्रॉब्लम है कोई दिक्कत है तो तुसी कमेंट बॉक्स के विच अपनी जिहड़ी कि प्रॉब्लम वो मेरे नाल शेयर कर सकते हो। सो प्लीज चैनल नू ज्यादा तो ज्यादा लाइक शेयर ते सबसक्राइब जरूर करो। थैंक यू।